ਹਾਂਜੀ ਸਰ, ਮੈਂ ਰਜੇਸ਼ ਕੁਮਾਰ ਖੋਜ ਅਫਸਰ ਭਾਸ਼ਾ ਵਿਭਾਗ ਜ਼ਿਲ੍ਹਾ ਭਾਸ਼ਾ ਦਫ਼ਤਰ ਪਠਾਨਕੋਟ ਤੋਂ। ਸਰ, ਇਹ ਸਾਡਾ 6 ਮਹੀਨੇ ਦਾ ਕੋਰਸ ਹੁੰਦਾ ਜਿਹਦੇ ਵਿੱਚ ਕਿਸੇ ਵੀ ਉਮਰ ਦਾ ਵਿਅਕਤੀ ਮਤਲਬ ਸਿੱਖ ਸਕਦਾ ਉਰਦੂ ਨੂੰ। ਅਤੇ ਇਹ 6 ਮਹੀਨੇ ਦਾ ਕੋਰਸ ਹੈ, 6 ਮਹੀਨੇ ਮਤਲਬ ਉਰਦੂ ਅਮੋਜ਼ ਦੀ ਕਲਾਸ ਚੱਲਦੀ ਹੈ। ਉਸ ਤੋਂ ਬਾਅਦ 6 ਮਹੀਨੇ ਬਾਅਦ ਭਾਸ਼ਾ ਵਿਭਾਗ ਵੱਲੋਂ ਇਸਦਾ ਪੇਪਰ ਲਿਆ ਜਾਂਦਾ ਅਤੇ ਜਿਹੜੇ ਵਿਦਿਆਰਥੀ ਦੇ ਵਿੱਚ ਸਿੱਖਿਆਰਥੀ ਸਕਸੈਸਫੁੱਲ ਹੋ ਜਾਂਦੇ ਆ, ਸਫਲ ਹੋ ਜਾਂਦੇ ਆ, ਉਹਨਾਂ ਨੂੰ ਪੰਜਾਬ ਸਰਕਾਰ ਦਾ ਸਰਟੀਫਿਕੇਟ ਦਿੱਤਾ ਜਾਂਦਾ ਭਾਸ਼ਾ ਵਿਭਾਗ ਵੱਲੋਂ। ਸਰ, ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਕਲਾਸ ਹੋਏਗੀ ਔਰ ਕਿੱਥੇ ਹੋਏਗੀ? ਸਰ, ਇਹ ਕਲਾਸ ਸ਼ਾਮ 5 ਤੋਂ ਲੈ ਕੇ 6 ਵਜੇ ਤੱਕ ਹੈ। ਅਤੇ ਪਹਿਲਾਂ ਤਾਂ ਕੰਪਲੈਕਸ ਦੇ ਰੋਜ਼ਗਾਰ ਦਫ਼ਤਰ ਦਾ ਇੱਕ ਰੂਮ ਸੀਗਾ, ਉੱਥੇ ਚੱਲਦੀ ਸੀਗੀ, ਪਰ ਇਲੈਕਸ਼ਨਾਂ ਕਰਕੇ ਇਹਨੂੰ ਸ਼ਿਫਟ ਕੀਤਾ ਗਿਆ ਮਲਕਪੁਰ ਸਕੂਲ। ਬਾਕੀ ਹੁਣ ਜੋ ਵੀ ਅੱਗੇ ਹੋਏਗਾ ਉਹ ਦੱਸਤਾ ਜਾਏਗਾ। ਔਰ ਸਰ, ਐਲੀਜੀਬਿਲਟੀ ਕੀ ਹੈ, ਕਿਹੜਾ ਵੀ ਭਾਸ਼ਾ ਦੇ ਵਿੱਚ ਕਰ ਸਕਦਾ ਹੈਗਾ? ਸਰ, ਇਹਦੇ ਵਿੱਚ ਮਤਲਬ ਕਿਸੇ ਤਰ੍ਹਾਂ ਦੀ ਕੋਈ ਐਲੀਜੀਬਿਲਟੀ ਨਹੀਂ ਹੈਗੀ। ਹਰ ਤਰ੍ਹਾਂ ਦਾ ਵਿਅਕਤੀ ਕਿੰਨੀ ਵੀ ਉਹਦੀ ਉਮਰ ਹੈ ਉਹ ਕਰ ਸਕਦਾ, ਜਿੰਨੀ ਮਰਜ਼ੀ ਉਮਰ ਹੋਵੇ। ਔਰ ਸਰ, ਕੀ ਕੀ ਫਾਰਮੈਲਿਟੀਜ਼ ਚਾਹੀਦੀ? ਫਾਰਮੈਲਿਟੀ ਸਰ, ਇਹਦੇ ਚ ਦਾਖਲਾ ਲੈਣ ਲਈ ਇੱਕ ਆਧਾਰ ਕਾਰਡ ਚਾਹੀਦਾ, ਇੱਕ 10ਵੀਂ ਦਾ ਸਰਟੀਫਿਕੇਟ ਚਾਹੀਦਾ, ਅਤੇ ਪੂਰੇ ਕੋਰਸ ਦੀ ਫੀਸ 500 ਰੁਪਏ। ਸਰ, ਉਹ ਮਤਲਬ ਜਿਹੜੇ ਵੀ ਸਿੱਖਿਆਰਥੀ ਨੇ ਦਾਖਲਾ ਲੈਣਾ, ਉਹਨੇ ਭਾਸ਼ਾ ਵਿਭਾਗ ਦੇ ਦਫ਼ਤਰ ਕਮਰਾ ਨੰਬਰ 306A ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਮਲਕਪੁਰ ਵਿਖੇ ਆ ਕੇ, ਅਤੇ ਦਫ਼ਤਰ ਦੇ ਕਿਸੇ ਵੀ ਇੰਪਲਾਈ ਨੂੰ ਮਿਲਣੇ, ਕਲਰਕ ਨੂੰ ਮਿਲਣੇ, ਸ਼੍ਰੀ ਯੁਗਲ ਕਿਸ਼ੋਰ ਜੀ ਨੂੰ, ਮੈਨੂੰ ਦੇ ਦੇ, ਅਤੇ ਮਤਲਬ ਅਸੀਂ ਕਰਾਂਗੇ ਐਡਮਿਸ਼ਨ ਇੱਥੇ ਦਫ਼ਤਰ 'ਚ ਹੋਏਗਾ।